हेलो जी, सत श्री अकाल जी भाई सारे ना। सत श्री अकाल जी। बाकी मासड़ जी मासड़ आया फिटिंग कराई आ, बोर्ड लाया वो देखो सामने अपना पर इधर तो पहला है नीवा सारिया थले कच्चा हुंदा ਮਖਾ ਤੂੰ ਮੇਰੀ ਸਿੱਧੀ ਗੱਲ ਮਾ ਸੁਣ ਤੂੰ ਰੁਪਿਆ 5000 ਦਾ ਕੰਮ ਹੈ ਉਹਨੂੰ ਮੈਂ ਕਿਹਾ ਉਹਨਾਂ ਹੁਣ ਤੂੰ ਮੇਰੀ ਸਾਰੀ ਤੇ ਇੱਕ ਦਿਹਾੜੀ ਲਾ ਲਾ ਤੂੰ ਕਹਿੰਦੀ ਮੈਂ ਇਹੀ ਲੱਗਿਆ ਅੱਜ ਲੱਗਿਆ ਨਾਲ ਇਹਨੇ ਦੋ ਕੱਲ ਤੇ 5 ਹੋ ਗਿਆ ਜੀ 6 ਲੱਖ 7 ਦਿਹਾੜੀਆਂ ਰੱਖ ਸੱਤਵਾਂ ਹੀ ਢਾ ਕਰਦੀ ਤੂੰ ਹੀ ਸਾਫ ਕਰਦੀ ਕਿੰਨੇ ਪੈਸੇ ਬਣੇ 400 ਨੂੰ 2500 ਰੁਪਏ ਬਣੇ 2500 ਬਣੇ ਮੈਂ 6000 ਦੇ ਦਿਆਂ ਉਹਨੂੰ ਵਾਹੋ ਠੇਕੇ ਵਾਲਾ ਜਾਣਾ ਫੇਰ ਅਗਲਾ छत गिर गई गाडर गलकी गिर अगे ना मुड़े क्या करते लिफाफे लपेट देंगे एक नहीं पाए पता नहीं मिस्त्री लिफाफे बाद चल उरी कर लें मैं बापू ना महा उरे आला हो ही जाना बिचे तेरे वांग दो रखनी दुध वाली दुध का रेट है इन यार बी दादी बैठी इधर समान हले कड्या हो देख दे ਹੁਣ ਤਾਂ ਬੇਬੇ ਕਰੋਨਾ ਖਤਮ ਹੋ ਗਈ ਹੁਣ ਕਾਹਨੂੰ ਮੂਡ ਤੇ ਟਾਟਾ ਮਾਰਿਆ ਤੇ ਦੇਖ ਲਾ ਬੈਠਦੀ ਆ ਹਾਂ ਕਰ ਜਾਂਦੀ ਆ ਹੈ ਮੈਂ ਤਾਂ ਉਹਨੂੰ ਰੱਖ ਲਿਆ ਤਾਂ ਜਲ ਗਿਆ ਤੇ ਨਿਆਣੇ ਕਰਦਾ ਜਾ ਗਿਰਦਾ ਅੱਜ ਅੱਜ ਨੇ ਗਰਦ ਚੜਦੀ ਭਾਈ ਸਿਆਣੇ ਸਰੀਰ ਨੂੰ ਤਾਂ ਗਰਦੇ ਕਰੋਨਾ ਨਾਲ ਫਰਕ ਪੈ ਗਿਆ ਜਗ੍ਹਾ ਖੁੱਲ ਗਈ ਦੇ ਕਰਕੇ ਜਗ੍ਹਾ ਤਾਂ ਖੁੱਲਣੀ ਹੋਇਆ ਰੜਕਾ ਜੀ ਲੰਦਾ ਵਿੱਚ ਬਾਕੀ ਆਪਾਂ ਨੇ ਆਹ ਸਾਈਡ ਸ਼ੈੱਡ ਪਾਉਣਾ ਹੈ ਡੰਗਰਾਂ ਵਾਲਾ ਲੰਬਾ ਇੱਧਰ ਸਰੇ ਦਾ ਕੁੱਦਲੋ तूड़ी गजैस रख के पाउना मोटर पर कट दूंगे बिचे कमरा देख लेंगे बिचे कट दूंगे चार्ट इधर पा दूंगे थोड़ा जा होर बता दूंगे मुख जी देख लूंगे यार बंदे तो बहुत कह रहे हैं कहते कमरा बना के दे दो देख के बनो बना लूट जा रख चल देख दे बाकी इधर मत यार दुनिया भर दे छाप के निकले इधर मत छाप किदड़ा पिंडा सारा कुछ निकले यार रखे हुए थे ना नहीं जा तो समाज में आ जा मार दे भगा के नीचे थले बैठे नूं हो जाणा टाकियां दरवाजे वज जूंगे ना ठीक नहीं पाछड़ नहीं जाऊगी
बजट अपने को बाद एने एक दो परचिया दे आ गए फिर इधर भी नबेड़ दा काम बगल च दड़े भी छड़ते देखो अपने आप चल पम चलाता फिर चल पा जो डरी फिर नहीं होंगे चल देखते हूं मसल ज्यादा देख ला कि सारा देख ला नहीं हूं तो बीम कितने भन होंगे बाकी कल उट जी रही माड़ी मोटी साफ कर दी ठीक नी एक रेता ले आना दो ट्रेले भी देख दे तीन ले आइए खबरे जगह ही बहुत खुली लगन लग गई जगह तो खुलनी तू देखी हवा दखन की किकड़ाई करनी अंदर हवा देखी किकड़ आनी है आवी मसल कंध च बहुत ही हिट है थले दे च नजारे खेत दिखा के चौदह लेना कहना चौदह बाकी वेट भी नाल दी नाल सारी ट्रैक्टर नाल भाई उत्थे मोटर पर कुछ दी नाल दी नाल उत्थे जिहड़ी साफ हिट थी एक साइड लाती सारी जिहड़ी आ सीमेंट वाली आ ਇਹਦੀ ਲੱਗ ਢੇਰੀ ਕੱਲ ਉੱਥੀ ਬਸ ਸਾਫ਼ ਕਰ ਦੇਣੀ ਮੈਂ ਬੈਠ ਕੇ ਨਾਲ ਲੱਗ ਕੇ ਆਵੇ ਬਈਏ ਲਾਤੇ ਹਾਂ ਬਈਏ ਲੱਗੇ ਕੰਨੇ ਵਾਲੇ ਅੱਜ ਕੱਲ ਆਪਣਾ ਕੰਨਾ ਵੀ ਖਤਮ ਹੋ ਜਾਣਾ ਕੱਲ ਲੱਗ ਦੂੰਗੇ ਪਰਚੀ ਪਰਸੋਂ ਲੱਗ ਪਰਸੋਂ ਦੋ ਹੀ ਲੱਦਣੀ ਤਿੰਦੇ ਵਾਲੀ ਵੀ ਆਪਣੀ ਸਾੜੀ ਸਾਰੇ ਬੰਨਾ ਵੀ ਖਤਮ ਬਜਾਈ ਹੋ ਰਹੀ ਗਈ ਬਾਕੀ ਇਹਦੇ ਸ਼ੈੱਡ ਦਾ ਕੰਮ ਦੇਖਦੇ ਹੋ ਮਿਸਤਰੀ ਆ ਲੋਟ ਆ ਗਿਆ ਮਿਸਤਰੀ ਦੇਖ ਲੈਂਦੇ ਆ ਮਿਸਤਰੀ ਮਿਲ ਜੂ ਮਿਸਤਰੀ ਦਾ ਹੀ ਲੱਗ ਠੇਕਾ ਹੀ ਕਰਨਾ ਮਾਸੜ ਯਾਰ ਆਪ ਹੀ ਲੱਗੂਣਾ ਨਾਲ ਭਾਈ ਆਪਣੀ ਅਗਲਾ ਲੱਗਿਆ ਰਹਿਦਾ ਅਸੀਂ ਗੰਨਾ ਬੀਜੂਗੇ ਕੋਰੇ ਕਰੂਗੇ ठेके ठेके बंदा अपना मिस्त्री की जिम्मेवारी हो जाती है चल देखते बाकी जिदा लोट लगे लो जी मोटर तिंदे नूं मिलियो भाई लो जी भाई हाशवीरा ने लाता गंज इट्टां दा भट्ठा ला लिया चाचे घरां
ਮੇਰੀ ਗੱਲ ਸੁਣ, ਲੇਬਰ ਵੱਧ ਪੈ ਜਾਂਦੀ ਹੈ, ਇੱਟ ਨੀ ਨਿਕਲੀ ਸਾਫ ਉੱਥੇ। ਪਤਾ ਕਿਆ ਹੋਇਆ ਪਿਆ, ਪਹਿਲਾਂ ਇੱਕ ਖੁੱਲੀ ਬਣਾਈ, ਖੁੱਲੀ ਖੁੱਲੀ ਬਣੀ, ਖੁੱਲੀ ਖੁੱਲੀ ਦੂਈ ਬਣ ਗਈ। ਹੁਣ ਇੱਕ ਖੁੱਲੀ ਕੱਢੂਗਾ ਉਹ ਵੀ ਗੁਜਰਾ ਬਣਦਾ, ਦੂਈ ਦਾ ਬਣ ਨਹੀਂ ਬਣਨਾ। ਮਹਾ ਤੂੰ ਅਪਲੇ ਅਪਲੇ ਦੇੜ ਲਿਆ, ਮਹਾ ਦੇੜ ਲਿਆ, ਕੱਲ ਫੁੱਟੀਆਂ ਬਹੁਤ ਰਿਚਾਂ, ਮਹਾ ਖਾਇਦਾ ਨੀ ਕੋਈ, ਦਿਹਾੜੀ ਅੱਧੀ ਲੱਗ ਲਈ ਬਾਈ। ਸਮੈਂਟ ਵੀ ਤੇਜ ਲੱਗਿਆ ਹੋਇਆ ਸਿਰ ਨੂੰ ਆਉਂਦਾ ਥੋੜਾ ਥੋੜਾ। 5 ਇੰਚ ਹੀ ਹੁੰਦੀ ਯਾਰ ਉਹ, 5 ਇੰਚ ਕਰਕੇ ਵੱਧ ਲੱਗ ਜਾਂਦਾ ਤੇਜ਼। ਛੂਰਾ ਹੀ ਬਣਦਾ ਬਾਈ, ਛੂਰਾ ਹੀ ਬਣਦਾ ਜਾਂ ਭਾਂਦੇ ਆ। ਚੱਲ ਰੇਤੇ ਦਾ ਕਿਆ ਬਣਿਆ ਹੁਣ? ਰੇਤੇ ਦਾ ਹੁਣ ਮੈਂ ਤਾਂ ਪਰਸੋਂ ਦਾ ਰੌਲਾ ਪਾਉਂਦਾ, ਜਾਓ ਹੁਣ ਤਾਂ ਰੇਤਾ ਖੁੱਲਾ ਆਇਆ, ਹੁਣ ਤਾਂ ਬੰਦ ਹੋ ਜਾਣਾ ਇੱਕ ਯਾਰ ਪ੍ਰੋਗਰਾਮ ਕਰਕੇ, ਕੱਲ ਨੂੰ ਭੋਗ ਪੈਣਾ ਫਿਰ ਉਹਦੇ ਬਾਅਦ ਭਰ ਲਿਆ ਉਹ, ਉਹਦੇ ਬਾਅਦ ਦੇਖ ਲਿਓ ਰਸਤਾ ਕਿੱਕਣਾ। ਬਜੀਤਪੁਰ ਚੱਲਦਾ ਉਹ ਇੱਥੇ, ਜਿਹੜਾ ਬਾਈ ਆਪਣੇ ਆਪ ਸੁਲਤਾਨਪੁਰ ਕਹਿੰਦਾ ਚੱਲਦਾ ਸਾਡੇ, ਉਹ ਨੀ ਮੈਨੂੰ ਪਤਾ, ਜਾਣੀ ਆਹ ਇੱਕ ਆਈਟੀਆਈ ਦੇ ਮੂਹਰੇ ਚੱਲਦਾ ਫਿਰ ਉਹੀ ਹੈ, ਆਈਟੀਆਈ ਵਾਲੇ ਕੋਲ ਠੀਕ ਨੀ, ਸੁਲਤਾਨਪੁਰ ਉਹੀ ਹੋਣਾ ਫਿਰ ਉਹ। ਇਹਦਾ ਪਤਾ ਕਿਆ, ਇਹਦਾ ਉਹੀ ਆ ਰਸਤੇ ਵਿੱਚ ਪੈਰ ਲੈਣ ਫੁੱਟ ਗਈ, ਕਹਿੰਦੇ ਜਿੱਥੇ ਗੰਦਾ ਪਾਣੀ ਪਾਰ ਹੁੰਦਾ, ਜਿੱਥੇ ਜੋ ਗੱਡੀ ਵਾਲੇ ਨੇ ਲਵੇੜੇ ਤੇ ਬੈਠ ਗਿਆ, ਬੈਠ ਗਿਆ ਉਹਨਾਂ ਨੇ ਭਰ ਲੈਣਾ ਟੱਕ ਥੋੜੀ ਘੜਾਉਣਾ ਦੋ ਪੈਪਾਂ ਪਿੱਛੇ, ਉਹ ਗੱਡੀ ਦਾ ਨਿਕਲੀ ਜਾਂਦੀ, ਟਰੈਕਟਰਾਂ ਦਾ ਔਖਾ ਯਾਰ, ਗੱਡੀ ਨਿਕਲੀ ਜਾਂਦੀ ਥਲੇ ਯਾਰ। ਉਦੋਂ ਟਰੈਕਟਰ ਵੀ ਆਈ ਗਏ ਥਲੇ, ਛੋਟਾ ਟਰੈਕਟਰ ਨਹੀਂ ਯਾਰ ਆਉਂਦਾ ਹੈਗਾ ਉੱਥੇ, ਤੈਨੂੰ ਐਵੇਂ ਕਹੀਏ ਯਾਰ, ਦੇਖਿਆ ਉਹ ਰਸਤਾ। ਉਹ ਨਹੀਂ ਮੈਂ ਤੈਨੂੰ ਦੱਸਦਾ, ਮਤਲਬ ਕਿਆ ਗੱਲ ਆ, ਪੈਪ ਫੁੱਟ ਗਿਆ ਹੋਣਾ ਫੁੱਟਣੇ ਵਾਲੀ ਦਾ, ਉਹਨਾਂ ਨੇ ਕੰਮ ਖੜਾਉਣਾ ਉਹਨਾਂ, ਦੋ ਪੈਪ ਦੱਬਦੇ ਹੋਣੇ ਨਾਲ ਲੱਗਦੀ ਉਹ, ਕਿੱਦਾਂ ਟੱਕ ਖੜਦਾ ਏ ਉਹ ਇੱਥੇ ਨਾਲ, ਇੱਧਰ ਰੋਡ ਆ ਕੇ ਕਿਹੜੇ ਦੂਰ ਉੰਨੀ ਪੈਂਦਾ ਆਪਾਂ ਨੂੰ। ਮਾੜਾ ਕੋਈ ਨਹੀਂ, ਸਵੇਰੇ ਦੇਖਦੇ ਆ ਫਿਰ ਦੋ ਦੇਖ ਕੇ ਆਓ ਟੱਕ, ਭੋਗ ਪਏ ਤੇ ਬਾਅਦ ਚੱਲੂਗੇ। ਮਾਸੜ ਤੂੰ ਕਿੰਨੇ ਵਜੇ ਆਉਣਾ ਹੁਣ, ਰਾਤ ਰੋਜ਼ ਨੂੰ ਹੈਗੀ ਡਿਊਟੀ ਤੇਰੀ? ਮੈਂ ਤਾਂ ਰਾਤ ਨੂੰ 8 ਤੇ 10 ਲਾਉਣੀ ਆ, ਮਸਲ 8 ਤੇ 10 ਰੌਲਾ ਹਵਾ ਨੇ ਕਣਕਾਂ ਸਿੱਟੀ ਹੋਣੀ ਜੀ, ਪਾਣੀ ਕਰਤੀ ਹੋਈ ਉਹ, ਨਹੀਂ ਤਾਂ ਗਰਮੀ ਲੱਗਣ ਲੱਗ ਗਈ ਸ਼ਾਮਾਂ ਨੂੰ ਭੱਜਦੇ ਤੇ। ਹੋਰ ਤਾਂ ਹੁਣ ਮੈਂ ਦੇਖਣੀ ਕੋਈ ਨਹੀਂ ਹਲੇ, ਦੇਖਣੀ ਆ ਮਾਤਾ ਨੂੰ ਰੈਸਟ ਹੋਣੀ ਯਾਰ, ਹਲੇ ਰਹਿਣ ਦੇ ਮਹੀਨਾ ਕੁ ਹੋਰ ਖੜ ਜਾ, ਰੈਸਟ ਹੋਣੀ ਮਾਤਾ ਦੀ। ਤੂੰ ਹੁਣ ਲਿਆ ਬੱਕਰੀ, ਨਾਲੇ ਚੋਣੀ ਸਕਾਲੀ ਆ ਸਮਝ, ਗਾਹਾਂ ਉਹਨੂੰ ਵੇਚਦੀ ਫਿਰ ਆਪਣੇ ਮੈਸ ਲਈ, ਨਾਲੇ ਗਲੀ ਮੈਂ ਲੈ ਜੇ ਕਰੀ ਜੇ ਘਰ ਕੋਲ ਚੁੱਲੇ ਕੋਲ ਚੁੱਲਾ ਉਹਨੂੰ ਕੱਖ ਨੀ ਪੈਣੇ ਕਹਿੰਦਾ, 4-5 ਮਹੀਨੇ ਤੂੰ ਬੁੱਲ ਪੀ, ਇੰਨੇ ਦਿਨ ਹੀਲਾ ਤੇਰਾ ਕਰ ਦੇਣਾ ਕੋਈ ਨਾ ਕੋਈ, ਠੀਕ ਨੀ ਚੱਲ ਵਪਾਰੀ ਚੱਲੀਏ
मेरे बंदे खास कोल दी पाठी है मेरे गल ओ दस किलो दुध बंदे ने अपना दस्या आप एक तो हुण मैसा मुन्नने वाले नहीं आउंदे हैगे दो साल हो गए साड़े मेरे मुन्नो मैसा वह भी इन्हें मुन्ने भी ओडे बाल दे कहता बुढ़ी मैस है मैं बुढ़ी नहीं मैस है इन्हें सेवा नहीं हुई पैगी ए तो जब अपने को चली जानी है मैस देखी पछाण नहीं होनी है ਵਪਾਰੀ ਬੰਦਾ ਲੈ ਗਿਆ ਭਲਿਆਣ ਸੇਵਾ ਇੱਧਰ ਕਿਹੜਾ ਨਹੀਂ ਗੱਲ ਸੁਣ ਭਲਿਆਣ ਦਾ ਵਪਾਰੀ ਬੰਦਾ ਲੈ ਗਿਆ ਦਿਖਾ ਦੇ ਜੇ ਇੱਕ ਵੀ ਵਾਲ ਹੋਵੇ ਪਰ ਮੈਸ ਪਛਾਣ ਨਹੀਂ ਹੁੰਦੀ ਬੁੱਥੀ ਤੇ ਆਈ ਵੀ ਇੱਕ ਸਿੰਘ ਤੇ ਪਛਾਣ ਹੁੰਦੀ ਵੀ ਹਾਂ ਉਹੀ ਹੈ ਵੈਸੇ ਉਹਨੇ ਖਾਲੀ 3 ਦਿਨ ਮੈਂ ਉਹਨੂੰ ਕਹਿੰਦਾ ਆਪਣਾ ਖਲਾਤਾ ਦਾਵੜਾ ਨਹੀਂ ਖਲਾਤਾ ਉਹਨੇ ਜਿਹੜੇ ਵਾਲ ਬੂਲ ਜੇ ਕਰਕੇ ਸਾਫ਼ ਤੇਲ ਲੱਗ ਗਿਆ ਲਸਕਦੀ ਖੜੀ ਮੈਸ ਦਾਵੜਾ ਹੀ ਰਲ ਗਿਆ ਉੱਥੇ ਉਹ ਮੈਂ ਤਾਂ ਦਾਤ ਨੇ ਤੈਨੂੰ ਕਹਿੰਦਾ ਵੀ ਬੁੜੀ ਮਰੀ ਕੁੜੀ ਜੰਮੀ ਬਰਾਬਰ ਦਾ ਕੰਮ ਬਰਾਬਰ मंडी पता मेरी गल इन पैसे बहुत वधिया मिलदी बाई जी जिदन ये बेचनी थी ना 45,000 की लिया के इन्हें 50 बिकना आह नजारा जी उदन लख की लिया होनी जो 40 की बिना फिर पता लगना बथेरिया खुंडिया जाके देख लिया कट्टे आले नूं वेचियां किसे कड्डे ही लगदियां उह अहि जी लियांदी थी इक मैं तेरे हुसैन पर दस दिंदा 35,000 दी लियांदी थी 35 दे बाद च कट्टे आले आराम कर ले गए उह नाले दुद्ध भरा गया यार पूरा कहिंदे हां ਹੁਣ ਜੀ ਇੱਕ ਮੁੱਛ ਖੜੀ ਗੱਲ ਹੈ ਇੱਕ ਥਾਲੀ ਗਰੀਬੀ ਹੋਵੇ ਫਿਰ ਸਵਾਦ ਜਿਹਾ ਨਹੀਂ ਆਉਂਦਾ ਨਾ ਠੀਕ ਹੈ ਸਵਾਦ ਲੈ ਫਿਰ ਫਿਰ ਹੁਣ ਇੱਕ ਤਾਂ ਸਿੰਘ ਉਹਦਾ ਸਿੱਧਾ ਹੀ ਤਾਂ ਪਿੱਛੇ ਨੂੰ ਇੱਕ ਐ ਮੁੜਿਆ ਵਾ ਤਾਂ ਐ ਇਹ ਤਾਂ ਹਲੇ ਦੋ ਏਕੜਾਂ ਹੁੰਦੇ ਉਹ ਕੋਈ ਨਹੀਂ ਬਾਈ ਦੋ ਖੋਪਰੇ ਉਧਰੇ ਆਉਂਦੀਆਂ ਇੱਕ ਜੇ ਦੋ ਦੂਈ ਤਾਂ ਉਧਰੇ ਜਣੀ ਤੇਰੇ ਕੋਲ ਆ ਕੇ ਇਹਦੇ ਕੋਲ ਆਵੇ ਉਧਰ ਜਣ ਵੀ ਆ ਕੇ ਜਿਕੜਾ ਦੂਈ ਨਾਲ ਬਗਾ ਦੇਣਾ दिखा के लिया मैं फोन कर 45,000 की होगी लेने जानी है मैं कहते जो पुछ लिया जो पासा ले गया 1,000 रुपया दे के लिया जी चलो देखते फिर अपने मास्टर कोर्ट पहले कहता सिंह आए उपर दो एक जे हौली हौली ना सिंह 4 साल रही साढ़े को 4 साल में सिंह ढल गया थले आ गया मिनी मैस मगर बन गया मिनी मैस का करम वाली होंगी जी मिलती नहीं है छेती तरह हथ पे लगा मिनी भी उही होंगी जी हिलन मिनी ज्यादा भी नहीं आप हिलन लग जाते असली मिनी है हाँ जी अखा को सिंह आगे ना हिलते हिलते किन्ना मंगना हिलते इन्हें बहुत होंगी दोगली होगी फिर ओ सिंह चल दोगली दूगली का चक्कर नहीं एक सिंह उतरे मूह मैस यार तकड़ी हो जड़ी थी वह सिंह नहीं मन कल यार मेरे का चली श्याम हुसैन बनो किले पर भी सजे खड़ी आ गल करता किले सजन पैंताली होर ला दो नब्बे सजदिया बहुत नब्बे सजदी भी लेनी ताही तैनू कहना पौड़े भी देख लाई होंगे नब्बे मैसा दे व्यापारी बंदे ने तेरी मसल चेपा ट्रैक्टर लेने आपा जे कहे ट्रैक्टर जा कोई भी संदा लेने जाइए निंदन अगले ने व्यापारी बंदे का काम हुंदा भी बंदे का मन फौला पा देना मेरा पानी का जा मैं मैसी लेने बेचे जाए करे व्यापारी को कहे करे ट्रैक्टर 241 काले ढिड वाला कहदा उहनू पुछदा ही नहीं कोई
ਮੈਂ ਦੇਖਿਆ ਤੂੰ ਹੋਰ ਕਹਿ ਲੈ ਕਾਲੇ ਕਿਹੜਾ ਮੈਂ ਮੈਸੀ ਆ ਜਦੋਂ ਨਿੰਦੀ ਜਾਣੀ ਚੀਜ਼ ਆ ਜਿਹਨੇ ਲੈਣੀ ਆ ਉਹਨੇ ਤੇਰੇ ਨੁਕਸ ਦੱਸੀ ਜਾਣਾ ਉਹਨੇ ਨਿੰਦੀ ਜਾਣੀ ਚੀਜ਼ ਆ ਫੜਨੇ ਨੁਕਸ ਵਾਲੀ ਚੀਜ਼ ਆ ਰਹੇ ਆ ਦੱਸ ਨਹੀਂ ਹੈਗਾ ਇਹਦਾ ਨਹੀਂ ਹੈਗਾ
ਪੰਤਾਲੀ ਅੜਤਾਲੀ ਚਿਕਟ ਹੈਗਾ ਮੈਂ ਕੁਛ ਵੀ ਚਾਲੀ ਤੱਕ ਲਿਆਉਣ ਦੀ ਪਾਸੇ ਦੇ ਮੁੰਡੇ ਨੂੰ ਲੈ ਗਿਆ ਉਹ ਪਾਸੇ ਦੇ ਮੁੰਡੇ ਨੇ 32,000 ਲਾਇਆ ਉਹਦੇ ਪਰ ਕਿਹੜੇ ਪਰ ਉਹ ਮੈਂ ਇਸ ਵਾਰ ਇਹਦੇ ਪਰ 32 ਦੇ ਕਰਦਾ ਕਰਦਾ ਉਹ 40 ਪਰ ਚੱਲੀ ਗਿਆ ਇਹਨੇ ਨੂੰ ਭਲਿਆਣ ਵਾਲਾ ਵਪਾਰੀ ਆ ਕੇ ਉਹਨੇ 45 ਦੀ ਕਰ ਗਿਆ ਲੈ ਕੇ ਦੂਏ ਦਿਨ ਗਿਆ ਚੱਲ ਭਾਈ ਨਹੀਂ ਆਉਣਾ ਤਾਂ ਚੱਲ ਕੋਈ ਨੀ ਚੱਲ ਠੀਕ ਹੈ ਜਿਹਨੇ ਮਾਲਾ ਦਾ ਬਰਸੀਨ ਖਾਣਾ ਉਹਨੇ ਖਾਣਾ ਚਲੋ ਠੀਕ ਹੈ ਜੀ ਕੱਲ ਦੇ ਬਲੌਗ ਚ ਫੇਰ ਦੁਬਾਰੇ ਸਤਿ ਸ਼੍ਰੀ ਅਕਾਲ ਜੀ।